ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। 1606 'ਚ ਅੱਜ ਦੇ ਦਿਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਜੀ। 1922 'ਚ ਮਾਸਟਰ ਮੋਤਾ ਸਿੰਘ, ਜਿਹੜੇ ਕਿ ਬੱਬਰ ਅਕਾਲੀ ਲਹਿਰ ਦੀ ਰੂਹੇ ਰਵਾਂ ਸਨ, ਆਪਣੇ ਪਿੰਡ 'ਚੋਂ ਗ੍ਰਿਫਤਾਰ ਹੋਏ। ਹਾਲਾਂ ਉਹ ਨਿਕਲ ਰਹੇ ਸੀ, ਨਿਕਲ ਵੀ ਸਕਦੇ ਸੀ, ਪਹਿਲਾਂ ਵੀ ਨਿਕਲਦੇ ਰਹੇ, ਪਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰੇ ਪਿੰਡ ਨੂੰ ਸਜ਼ਾ ਦੇਵਾਂਗੇ। ਔਰ ਉਹਨਾਂ ਨੇ ਦੇਖਿਆ ਵੀ ਮੇਰੀ ਵਜ੍ਹਾ ਕਰਕੇ ਬਾਕੀ ਵੀ ਸਫ਼ਰ ਕਰਨਗੇ। ਉਹਨਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਔਰ ਬੱਬਰ ਅਕਾਲੀ ਲਹਿਰ ਦੀ ਸ਼ੁਰੂਆਤ ਜਦੋਂ ਮਹੰਤ ਨਰੈਣੂ ਨੇ ਸਾਕਾ ਨਨਕਾਣਾ ਸਾਹਿਬ ਕੀਤਾ, ਅਤੇ ਜਿਹੜੇ ਜਾਗਰੂਕ ਸਿੱਖ ਸਨ, ਖਾਸ ਤੌਰ 'ਤੇ ਨੌਜਵਾਨ, ਉਹਨਾਂ ਨੇ ਦੇਖਿਆ ਕਿ ਵੀ ਮਿਸਟਰ ਕਰੀ, ਜਿਹੜਾ DCC ਲਾਹੌਰ ਦਾ, ਮਿਸਟਰ ਕਿੰਗ, ਜਿਹੜਾ ਚੀਫ ਕਮਿਸ਼ਨਰ ਸੀ, ਬੋਰਿੰਗ ਸੁਪਰਡੈਂਟ CID ਸੀ, ਕਿ ਇਹ ਸਾਰੇ ਰਲੇ ਹੋਏ ਸੀ ਮਹੰਤ ਨਰੈਣੂ ਦੇ ਨਾਲ। ਔਰ ਇਹਨਾਂ ਨੇ ਬੱਬਰ ਅਕਾਲੀ ਫਿਰਕ ਯੋਧਿਆਂ ਦਾ ਗਰੁੱਪ ਬਣਾਇਆ ਕਿ ਵੀ ਇਹਨਾਂ ਨੂੰ ਮਾਰਨਾ। ਸੋ ਉਹ ਕੁਦਰਤੀ ਵਿੱਚ ਟ੍ਰੇਟਰ ਵੀ ਨਾਲ ਰਲ ਗਏ। ਉਹਨਾਂ ਦੀ ਉਸ ਸਕੀਮ ਤਾਂ ਕਾਮਯਾਬ ਨਹੀਂ ਹੋਈ, ਪਰ ਜਿਹੜੀ ਬਾਅਦ ਦੇ ਵਿੱਚ ਕਿਸ਼ਨ ਸਿੰਘ ਗੜਗੱਜ, ਜਿਹੜੇ ਇਹਨਾਂ ਤੋਂ ਹੀ ਪ੍ਰਭਾਵਿਤ ਸੀ ਮਾਸਟਰ ਮੋਤਾ ਸਿੰਘ ਤੋਂ, ਉਹਨਾਂ ਸਾਰਿਆਂ ਨੇ ਜਿਹੜੇ ਹੋਰ ਟੋਡੀਆਂ ਨੂੰ ਸਜ਼ਾਵਾਂ ਦਿੱਤੀਆਂ। 1946 ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਕੈਬਨਿਟ ਮਿਸ਼ਨ ਆਇਆ ਸੀ, ਲਾਰਡ ਵਾਵਿਲ ਨੇ ਸੱਦਿਆ, ਇੰਗਲੈਂਡ ਦੇ ਵਿੱਚ ਮਿਸਟਰ ਐਟਲੀ ਦੀ ਹਕੂਮਤ ਬਣ ਗਈ ਸੀ ਲੇਬਰ ਪਾਰਟੀ ਦੀ, ਕਿ ਵੀ ਕੀ ਸਿਸਟਮ ਭਾਰਤ 'ਚ ਡਿਵੈਲਪ ਹੋਏ। ਉਹਨਾਂ ਨੇ ਦੋ ਸਟੇਟਾਂ, ਇੱਕ ਏ ਗਰੁੱਪਿੰਗ, ਬੀ ਗਰੁੱਪਿੰਗ ਕੀਤੀਆਂ, ਇੱਕ 'ਚ ਹਿੰਦੂ ਸਿੱਖ ਮੈਜੋਰਟੀ, ਇੱਕ 'ਚ ਮੁਸਲਮਾਨ ਮੈਜੋਰਟੀ। ਹਾਲਾਂ ਕੈਬਨਿਟ ਮਿਸ਼ਨ ਨੇ ਮੰਨਿਆ ਕਿ ਵੀ ਇਹ ਜਿਹੜੀਆਂ ਤਿੰਨ ਕੌਮਾਂ ਨੇ, ਸਿੱਖ, ਮੁਸਲਮਾਨ ਔਰ ਹਿੰਦੂ, ਇਹ ਅੱਡ ਕੌਮਾਂ ਨੇ, ਪਰ ਸਿੱਖਾਂ ਲਈ ਕੋਈ ਖਾਸ ਕਨਸੈਸ਼ਨ ਸਾਡੀ ਲੀਡਰਸ਼ਿਪ ਜਿਹੜੀ ਹੈ ਸਿਆਣੀ ਨਹੀਂ ਸੀ, ਉਹ ਨਹੀਂ ਕਰ ਸਕੀ। ਪਰ ਅੰਤਰਿਮ ਸਰਕਾਰ ਬਣੀ, ਔਰ ਉਹਦੇ 'ਚ ਜਿਹੜੀ ਹੈ, ਜਿਹੜੇ ਵਜ਼ੀਰ ਬਣੇ, ਉਹਨਾਂ ਦੇ ਵਿੱਚ 6 ਕਾਂਗਰਸ ਨਾਲ ਸੰਬੰਧਿਤ, 5 ਮੁਸਲਿਮ ਲੀਗ ਨਾਲ ਸੰਬੰਧਿਤ, 1 ਸਿੱਖਾਂ ਨਾਲ ਸੰਬੰਧਿਤ ਬਲਦੇਵ ਸਿੰਘ, 1 ਪਾਰਸੀਆਂ ਦੇ ਨਾਲ, ਪਾਰਸੀ ਨੇ ਐਂਗਲੋ ਇੰਡੀਅਨ, ਔਰ 1 ਈਸਾਈਆਂ ਦੇ ਨਾਲ। 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲੇ ਦੇ ਵਿਰੋਧ 'ਚ ਅੱਜ ਦੇ ਦਿਨ ਸਾਧੂ ਸਿੰਘ ਹਮਦਰਦ, ਜਿਹੜੇ ਅਜੀਤ ਦੇ ਮਾਲਕ ਐਡੀਟਰ ਸਨ, ਉਹਨਾਂ ਨੇ ਅਸਤੀਫਾ ਦਿੱਤਾ। ਪਹਿਲਾਂ ਭਗਤ ਪੂਰਨ ਸਿੰਘ ਨੇ ਦਿੱਤਾ ਸੀ, ਡਾਕਟਰ ਗੰਡਾ ਸਿੰਘ ਨੇ ਦਿੱਤਾ ਸੀ, ਖੁਸ਼ਵੰਤ ਸਿੰਘ ਪੱਤਰਕਾਰ ਨੇ ਪਦਮ ਭੂਸ਼ਣ ਅਵਾਰਡ ਛੱਡਿਆ ਸੀ। ਸੋ ਇਹਨਾਂ ਨੇ ਆਪਣਾ ਜਿਹੜਾ ਪਦਮ ਸ਼੍ਰੀ ਮੋੜਿਆ, ਅਸਤੀਫਾ ਨਹੀਂ ਦਿੱਤਾ, ਪਦਮ ਸ਼੍ਰੀ ਵਾਪਸ ਕੀਤਾ, ਜਿਵੇਂ ਗੰਡਾ ਸਿੰਘ ਔਰ ਭਗਤ ਪੂਰਨ ਸਿੰਘ ਨੇ ਕੀਤਾ ਸੀ। ਔਰ ਦਰਬਾਰ ਸਾਹਿਬ 'ਤੇ ਹਮਲੇ ਦੇ ਵਿਰੋਧ 'ਚ ਰੋਪੜ ਦੇ ਨੇੜੇ ਪਿੰਡ ਵਾਲਿਆਂ ਨੇ ਇੱਕ ਥਾਂ ਦੇ ਉੱਤੇ, ਜਿਹੜਾ ਨਹਿਰ ਦੇ ਵਿੱਚ ਜਿਹੜੀ ਪਾਖੜਾ ਨੇ, ਵੱਡਾ ਪਾੜ ਪਾ ਦਿੱਤਾ ਸੀ। ਸੋ ਉਹਨਾਂ ਨੂੰ, ਪਿੰਡ ਵਾਲਿਆਂ ਨੂੰ, 1 ਕਰੋੜ ਰੁਪਈਏ ਦਾ ਜੁਰਮਾਨਾ ਕੀਤਾ ਗਿਆ ਵੀ ਤੁਸੀਂ ਇਹ ਪਾੜ ਪਾਇਆ। ਵਰਲਡ ਹਿਸਟਰੀ ਦੇ ਵਿੱਚ 1775 'ਚ ਜਿਹੜੀ ਕੰਟੀਨੈਂਟਲ ਕਾਂਗਰਸ ਦੀ ਕਾਨਫਰੰਸ ਲਿਬਰਟੀ ਬੈਲ ਫਿਲਾਡੈਲਫੀਆ 'ਚ ਦੂਸਰੀ ਵਾਰ ਜਿਹੜੀ ਹੈ ਉਹ ਵੱਜੀ। 1779 'ਚ ਜਦੋਂ ਕਿ ਅਮਰੀਕਾ ਅਤੇ ਇੰਗਲੈਂਡ ਦੀ ਲੜਾਈ ਚੱਲ ਰਹੀ ਸੀ, ਸਪੇਨ ਨੇ ਅਮਰੀਕਾ ਦੇ ਹੱਕ 'ਚ ਇੰਗਲੈਂਡ ਦੇ ਖਿਲਾਫ ਲੜਾਈ ਡਿਕਲੇਅਰ ਕੀਤੀ। ਅਬਰਾਹਿਮ ਲਿੰਕਨ ਨੇ 1858 'ਚ ਇੱਕ ਗੱਲ ਕਹੀ ਜਿਹੜੀ ਅੱਜ ਸਿੱਖਾਂ 'ਤੇ ਵੀ ਲਾਗੂ ਹੁੰਦੀ ਹੈ, ਕਿ ਇਹ ਹਾਊਸ ਡਿਵਾਈਡਡ ਅਗੇਂਸਟ ਇਟਸੈਲਫ ਕਾਂਟ ਸਟੈਂਡ, ਕਿ ਜੇ ਘਰ ਦੇ ਵਿਚਲੇ ਆਪਸ ਲੜੀ ਜਾਣਗੇ ਤੇ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ। 1858 'ਚ 17.5 ਇੰਚ ਗੜੇ ਜਿਹੜੇ ਨੇ ਉਹ ਡਿਊਬੈਕ ਆਇਓਵਾ 'ਚ ਪਏ, 2-2 ਪਾਉਂਡ ਦਾ 1-1 ਗੜਾ ਸੀ। ਇਸ ਲਈ ਕਹਿੰਦੇ ਨਾ ਵੀ ਗੜੇ ਮਾਰ ਹੋ ਗਏ, ਇੱਥੇ ਵਾਕਈ 2-2 ਪਾਉਂਡ ਦੇ ਗੜੇ ਪਏ। 1903 'ਚ ਫੋਰਡ ਕਾਰ ਕੰਪਨੀ ਜਿਹੜੀ ਹੈ ਇਹ ਹੋਂਦ ਦੇ ਵਿੱਚ ਆਈ। ਪੈਪਸੀ ਕੋਲਾ ਪੀਂਦੇ ਹੁੰਦੇ ਹੋ? ਪੈਪਸੀ ਕੋਲਾ ਕਿ ਕੋਕਾ ਕੋਲਾ? ਅੱਛਾ, ਪੈਪਸੀ ਕੋਲਾ 1903 'ਚ ਕੰਪਨੀ ਬਣੀ ਸੀ, ਦੇਖ ਲਓ 112 ਸਾਲ ਹੋ ਗਏ, ਪਿਆ ਹੀ ਜਾਂਦੇ ਨੇ ਪੈਪਸੀ ਕੋਲਾ, ਜਿੰਨਾ ਮਰਜ਼ੀ ਵੇਟ ਵੱਧ ਜਾਏ ਭਾਵੇਂ ਕੋਈ ਹੋਰ ਹੋ ਜਾਏ। 1940 'ਚ ਕਮਿਊਨਿਸਟ ਗੌਰਮੈਂਟ ਜਿਹੜੀ ਹੈ ਲਿਥੁਆਨੀਆ ਦੇ ਵਿੱਚ ਉਹ ਹੋਂਦ 'ਚ ਆਈ। 1941 'ਚ ਪਹਿਲੀ US ਫੈਡਰਲ ਓਨਡ ਏਅਰਪੋਰਟ ਜਿਹੜੀ ਹੈ ਉਹ ਵਾਸ਼ਿੰਗਟਨ ਦੇ ਵਿੱਚ ਬਣੀ। 1941 'ਚ ਰੂਜ਼ਵੈਲਟ ਨੇ ਜਦੋਂ ਜਰਮਨ ਦੇ ਖਿਲਾਫ ਵਾਰ ਡਿਕਲੇਅਰ ਕੀਤੀ ਤਾਂ ਅਮਰੀਕਾ 'ਚ ਜਿੰਨੀਆਂ ਜਰਮਨ ਦੀਆਂ ਅੰਬੈਸੀਆਂ, ਕੌਂਸਲੇਟ ਸੀ, ਸਾਰੇ ਬੰਦ ਕਰਤੀਆਂ। 1958 'ਚ ਰੂਸ ਨੇ ਹੰਗਰੀ ਦੇ ਉੱਤੇ ਆਪਣਾ ਕਬਜ਼ਾ ਕੀਤਾ, ਅਤੇ ਉੱਥੋਂ ਦਾ ਪ੍ਰਾਈਮ ਮਿਨਿਸਟਰ ਇਮਰੋ ਨਾਗੀ, ਜਿਹਨੇ ਸੋਵੀਅਤ ਯੂਨੀਅਨ ਦੇ ਖਿਲਾਫ ਬਗਾਵਤ ਕੀਤੀ ਸੀ, ਉਹਨੂੰ ਫਾਹੇ ਲਾਇਆ। ਬ੍ਰੈਸਨਫ ਜਿਹੜਾ ਸੋਵੀਅਤ ਯੂਨੀਅਨ ਦਾ ਪ੍ਰਧਾਨ ਬਣਿਆ 1977 'ਚ, ਅਤੇ 2008 ਦੇ ਵਿੱਚ ਕੈਲੀਫੋਰਨੀਆ ਸਟੇਟ ਨੇ ਸੇਮ ਸੈਕਸ ਮੈਰਿਜ, ਹੋਮੋਸੈਕਸ਼ੁਅਲਜ਼ ਔਰ ਲੈਸਬੀਅਨਸ, ਉਹਨਾਂ ਨੂੰ ਸਰਟੀਫਿਕੇਟ ਦੇਣੇ ਸ਼ੁਰੂ ਕਰਤੇ, ਹਾਲਾਂਕਿ ਫਾਈਨਲ ਕੇਸ ਅਜੇ ਸੁਪਰੀਮ ਕੋਰਟ ਦੇ ਵਿੱਚ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਜ਼ ਕਰਨ ਦੀ ਇਜਾਜ਼ਤ, ਟਾਈਮ ਆਪਣਾ ਮੈਂ ਹੁਣ ਵਿਆਖਿਆ ਨਹੀਂ ਕਰਨੀ ਜੀ, ਪਰ ਕਿਉਂਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ, ਔਰ ਮਥੁਰਾ ਪੱਟ ਨੇ ਜਿਹੜੀ ਗੁਰੂ ਅਰਜਨ ਸਾਹਿਬ ਨੂੰ ਟ੍ਰਿਬਿਊਟ ਦਿੱਤੀ ਹੈ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ, ਉਹਦੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਕੰਕਲੂਡ ਕਰਦੇ ਹਾਂ ਜੀ, ਔਰ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਹੀ ਇਹ ਸਮਰਪਿਤ ਕਰਦੇ ਹਾਂ।
ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭਰਮਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ ਕਿ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਯਾਦ ਕੀਤਾ ਹੈ ਜਪਿਆ ਹੈ ਧਿਆਇਆ ਉਹ ਫਿਰ ਕਦੇ ਵੀ ਆਵਾਗੌਣ ਦੇ ਚੱਕਰ 'ਚ ਨਹੀਂ ਪੈਂਦੇ ਇਹ ਮਸਤਕ ਅਤੇ ਭਾਗਾਂ ਦੇ ਨਾਲ ਹੀ ਸੰਭਵ ਹੈ ਨਹੀਂ ਤਾਂ ਚਾਰ ਚੁਫੇਰੇ ਭਟਕਣ ਹੈ ਸਮੁੰਦਰ ਦੇ ਵਿੱਚ ਡੁੱਬਣ ਵਾਂਗ ਗੋਤੇ ਖਾਣ ਹੈ ਅਤੇ ਇਹੀ ਮਥੁਰਾ ਨੇ ਕਿਹਾ ਕਿ ਵੀ ਮੈਂ ਇਹੀ ਤੱਤ ਕੱਢਿਆ ਕਿ ਗੁਰੂ ਅਰਜਨ ਸਾਹਿਬ ਇਸ ਜੱਗ ਨੂੰ ਉਤਾਰਨ ਦੇ ਲਈ ਅਕਾਲ ਪੁਰਖ ਨੇ ਬਣਾਏ ਨੇ ਔਰ ਉਹਨਾਂ ਦੀ ਸ਼ਰਨ ਲੱਗ ਕੇ ਹੀ ਆਵਾਗੌਣ ਦਾ ਚੱਕਰ ਕੱਟਿਆ ਜਾਂਦਾ ਜੀ ਰੋਜ਼ ਅੱਜ ਦਾ ਵਿਚਾਰ ਇਸ ਨਾਲ ਆਪਣੇ ਵਿਊਰਸ ਕੋਲ ਨੇ ਇਜਾਜ਼ਤ ਵਿਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪਨਰਸ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।